ਸਤਿਕਾਲ ਜੀ ਕਿਦੋਂ ਸਾਰੇ ਜਣੇ ਠੀਕ ਠਾਕ ਹੋ ਅੱਜ ਮੈਂ ਬਣਵਾ ਰਹੇ ਜੀ ਟੈਟੂ ਮੇਰੀ ਜ਼ਿੰਦਗੀ ਦਾ ਪਹਿਲਾ ਟੈਟੂ ਆ ਸੋ ਮੇਰਾ ਵੀਰ ਸਤਨਾਮ ਖੱਟੜਾ ਜੋ ਕਿ ਮੇਰੀ ਜਿੰਦ ਜਾਨ ਅਤੇ ਬਹੁਤ ਹੀ ਘੈਂਟ ਇਨਸਾਨ ਸੀਗਾ ਹੈ ਨਾ ਤੁਸੀਂ ਸਾਰੇ ਜਾਣਦੇ ਹੋ ਵੀ ਉਹ ਕਿੱਦਾਂ ਦੇ ਕੰਮ ਕਰਦਾ ਸੀਗਾ ਅਤੇ ਕਿੱਦਾਂ ਦਾ ਇਨਸਾਨ ਸੀਗਾ ਜਿਹੜੇ ਮਿਲੇ ਨੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਜਾਣਦੇ ਸੀਗੇ ਉਹ ਤਾਂ ਚਲੋ ਉਹਨਾਂ ਨੂੰ ਜਾਣਦੇ ਸੀਗੇ ਵੀ ਉਹ ਕਿੱਦਾਂ ਦੇ ਇਨਸਾਨ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਦੱਸ ਦੇਣਾ ਉਹ ਇੱਕ ਰੱਬ ਰੂਪੀ ਬੰਦਾ ਸੀਗਾ ਜੀ ਜਿਹਨੇ ਕਿ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਲੋਕ ਭਾਵੇਂ ਉਹਦਾ ਮਾੜਾ ਕਰ ਗਏ ਹੁਣ ਬਟ ਉਸ ਇਨਸਾਨ ਨੇ ਨਹੀਂ ਕਿਸੇ ਦਾ ਮਾੜਾ ਕੀਤਾ ਜੇ ਕੋਈ ਵੀ ਇਨਸਾਨ ਕਹਿੰਦੇ ਨਾ ਆ ਕੇ ਵੀ ਹਾਂ ਸਤਨਾਮ ਨੇ ਸਾਡਾ ਮਾੜਾ ਕੀਤਾ ਜੋ ਕਹੋਗੇ ਮੈਂ ਉਹ ਕਰੂੰਗਾ ਉਸ ਇਨਸਾਨ ਨੇ ਜੀ ਉਹਨੂੰ ਕੋਈ ਜਾਨਵਰ ਮਿਲ ਜੇ ਕਿਤੇ ਵੀ ਜਾਂਦਾ ਹੋਵੇ ਕਿਤੇ ਵੀ ਕੋਈ ਫੰਕਸ਼ਨ 'ਤੇ ਸ਼ੂਟ 'ਤੇ ਕਿਤੇ ਵੀ ਉਹਨੂੰ ਕੋਈ ਜਾਨਵਰ ਮਿਲ ਗਿਆ ਗਰੀਬ ਮਿਲ ਗਿਆ ਜਾਂ ਕਿਸੇ ਦਾ ਐਕਸੀਡੈਂਟ ਹੋਇਆ ਇੱਕ ਵਾਰੀ ਕੀ ਹੋਇਆ ਰਾਤ ਨੂੰ ਉਹ ਅਤੇ ਮਿੱਤਰ ਰਿਸ਼ਪਾਲ ਜਾਂਦੇ ਸੀਗੇ ਕਿਤੇ ਕਿਤੋਂ ਆਉਂਦੇ ਸੀਗੇ ਅਤੇ ਰਸਤੇ ਦੇ ਵਿੱਚ ਨਾ ਐਕਸੀਡੈਂਟ ਹੋਇਆ ਹੋਇਆ ਉਹ ਐਕਸੀਡੈਂਟ ਹੋਇਆ ਹੋਇਆ ਦੋ ਬਈਏ ਸੀਗੇ ਅਤੇ ਉਹਨਾਂ ਨੂੰ ਕਿਸੇ ਨੇ ਨਹੀਂ ਛੇੜਿਆ ਅਤੇ ਬਈਆਂ ਦੇ ਨਾ ਸਿਰ ਦੇ ਵਿੱਚ ਹੱਥ ਪੈਂਦਾ ਸੀਗਾ ਉਹਨੇ ਆਪਦੀ ਗੱਡੀ ਦੇ ਵਿੱਚ ਚੱਕਿਆ ਬਲੈਕ ਕਲਰ ਦਾ ਕੁੜਤਾ ਮੈਂ ਪਾਇਆ ਸੀਗਾ ਸਤਨਾਮ ਦੇ ਅਤੇ ਉੱਥੇ ਯੂਟਿਊਬ 'ਤੇ ਵੀਡੀਓ ਵੀ ਪਈ ਆ ਹੋਸਪਿਟਲ ਲੈ ਕੇ ਗਿਆ ਦੋ ਬਈਆਂ ਦੀ ਜਾਨ ਬਚੀ ਹੈ ਨਾ ਚਲੋ ਅਸੀਸਾਂ ਮਿਲੀਆਂ ਬਹੁਤ ਤਰੱਕੀ ਮਿਲੀ ਸਤਨਾਮ ਨੂੰ ਬਾਬੇ ਦੀ ਮਿਹਰ ਹੋਈ ਫਿਰ ਹੌਲੀ ਹੌਲੀ ਉਹਨੇ ਕੁੱਤਿਆਂ ਦਾ ਕੰਮ ਸਟਾਰਟ ਕੀਤਾ ਅਤੇ ਹੌਲੀ 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 ਚਲੋ ਕਰਦੇ ਕਰਾਉਂਦੇ ਕਰਦੇ ਕਰਾਉਂਦੇ ਬੁਲੰਦੀਆਂ 'ਤੇ ਪਹੁੰਚ ਗਿਆ ਯਾਰ ਸਾਡਾ ਚਲੋ ਜੀ ਜਿੰਨਾ ਚਾਹਿਆ ਸੀਗਾ ਉਦੋਂ ਜ਼ਿਆਦਾ ਮਿਲਿਆ ਇੱਕ ਟਾਈਮ ਐਸਾ ਆ ਗਿਆ ਪਿਛਲੇ ਸੈਚਰਡੇ ਉਹਨਾਂ ਦੀ ਡੈਥ ਹੋ ਗਈ ਕੁਛ ਕੁ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਕੁਛ ਕੁ ਉਹ ਲੋਕਾਂ ਦੀ ਸਾਨੂੰ ਪਰਵਾਹ ਨਹੀਂ ਉਹ ਲੋਕ ਪਹਿਲਾਂ ਵੀ ਮਾੜਾ ਬੋਲਦੇ ਅਤੇ ਹੁਣ ਵੀ ਮਾੜਾ ਬੋਲਦੇ ਨੇ ਨਾ ਤਾਂ ਅਸੀਂ ਉਹਨਾਂ ਨੂੰ ਪਹਿਲਾਂ ਮਾੜਾ ਬੋਲਿਆ ਨਾ ਹੁਣ ਬੋਲਣਾ ਤੁਹਾਡੀ ਜਿੱਦਾਂ ਦੀ ਸੋਚ ਆ ਜਿੱਦਾਂ ਦੇ ਤੁਹਾਡੇ ਪਰਿਵਾਰ ਨੇ ਤੁਸੀਂ ਉੱਦਾਂ ਦਾ ਸੋਚਣਾ ਉੱਦਾਂ ਦਾ ਬੋਲਣਾ ਕਿਸੇ ਵੀ ਬੰਦੇ ਦਾ ਕਦੋਂ ਵੀ ਕਿਤੇ ਵੀ ਮਰ ਸਕਦਾ ਹੁਣ ਮੇਰਾ ਨਹੀਂ ਪਤਾ ਮੈਂ ਇੱਥੇ ਮਰ ਜਾਵਾਂ ਜਾਂ ਘਰਾਂ ਜਾ ਕੇ ਮਰ ਜਾਵਾਂ ਜਾਂ ਬਾਹਰ ਮਰ ਜਾਵਾਂ ਕਿਤੇ ਕਿਸੇ ਨੂੰ ਕੁਛ ਨਹੀਂ ਪਤਾ ਸੋ ਮਾੜਾ ਨਾ ਬੋਲੋ ਉਹ ਰੱਬ ਰੂਪੀ ਬੰਦਾ ਸੀਗਾ ਮੇਰੇ ਤੋਂ ਪੁੱਛੋ ਨਹੀਂ ਤੁਹਾਡੇ ਯਾਰ ਹੋਣਗੇ ਜਿਹੜੇ ਨਾ ਤੁਸੀਂ ਉਹਨਾਂ ਦੀਆਂ ਕਮੀਆਂ ਉਹਨਾਂ ਦੀਆਂ ਅਛਾਈਆਂ ਤੁਹਾਨੂੰ ਪਤਾ ਹੁੰਦਾ ਮੈਂ ਮੇਰੇ ਯਾਰ ਦੇ ਵਿੱਚ ਨਾ ਕਮੀਆਂ ਲੱਭੀਆਂ ਨੇ ਮੈਨੂੰ ਲੱਭੀਆਂ ਨਹੀਂ ਹੈਗੀਆਂ ਵੀ ਮੈਂ ਉਹਦੇ ਵਿੱਚੋਂ ਕਿਤੇ ਨਾ ਕਿਤੋਂ ਦਿਮਾਗ ਕੱਢ ਸਕਾਂ ਪਰ ਮੇਰਾ ਦਿਮਾਗ ਹੀ ਨਿਕਲਦਾ ਉਹਦੇ ਵਿੱਚੋਂ ਚਲੋ ਬਾਲੀ ਮੈਂ ਗੱਲਾਂ ਨਹੀਂ ਮਾਰਦਾ ਕਿਉਂਕਿ ਤੁਸੀਂ ਕਹੋਗੇ ਵੀ ਵਡਿਆਈਆਂ ਕਰਦਾ ਜਾਂ ਕੋਈ ਸਿਮਤੀ ਲੈਣ ਵਾਸਤੇ ਹੈ ਨਾ ਮੈਨੂੰ ਪਤਾ ਅਤੇ ਮੈਨੂੰ ਪਤਾ ਮੇਰਾ ਭਰਾ ਮੇਰਾ ਯਾਰ ਜਦੋਂ ਮੈਨੂੰ ਛੱਡ ਗਿਆ ਪਰਿਵਾਰ ਨੂੰ ਛੱਡ ਗਿਆ ਆਪਣੇ ਦੋਸਤਾਂ ਨੂੰ ਛੱਡ ਗਿਆ ਸਾਨੂੰ ਦੁਨੀਆ 'ਤੇ ਕਿਸੇ ਵੀ ਇਨਸਾਨ ਦਾ ਦੁੱਖ ਨਹੀਂ ਹੋਇਆ ਜਿੰਨਾ ਸਾਨੂੰ ਸਤਨਾਮ ਦਾ ਦੁੱਖ ਹੋਇਆ ਦੁਨੀਆ ਤੋਂ ਕਈ ਚਲਿਆ ਗਿਆ ਸਾਨੂੰ ਤਾਂ ਸਾਡਾ ਸਮਝ ਨਹੀਂ ਆ ਰਹੀ ਅਸੀਂ ਕਰੀਏ ਤਾਂ ਕਰੀਏ ਕਿ ਮਸਾਂ ਬਾਹਾਂ ਇਕੱਠੀਆਂ ਹੁੰਦੀਆਂ ਪਾਵਰ ਇਕੱਠੀ ਹੁੰਦੀ ਕਿ ਵੀ ਹਾਂ ਹੁਣ ਅਸੀਂ ਕੁਛ ਕਰਨ ਜੋਗੇ ਹੈਗੇ ਹਾਂ ਵੀ ਕਰਾਂਗੇ ਜਦੋਂ ਟਾਈਮ ਆਇਆ ਪਤਾ ਨਹੀਂ ਰੱਬ ਨੂੰ ਮਨਜ਼ੂਰ ਸੀਗਾ ਕੀ ਸੀਗਾ ਵੀ ਸਭ ਤੋਂ ਸਾਡਾ ਬਾਈ ਬਾਬੇ ਨੇ ਵਾਪਸ ਲੈ ਲਿਆ ਰੱਬ ਨੇ ਵਾਪਸ ਲੈ ਲਿਆ ਪਰ ਇੱਕ ਚੰਗਾ ਅਤੇ ਨੇਕ ਇਨਸਾਨ ਚਲਿਆ ਗਿਆ ਦੁਨੀਆ ਤੋਂ ਮੈਂ ਕਹਿੰਦਾ ਕੋਈ ਸਾਡੇ ਵਰਗਾ ਦੁਨੀਆ ਤੋਂ ਚਲਿਆ ਜਾਂਦਾ ਸੀ 100 ਪਾਪ ਕਰਦੇ ਹਾਂ ਰੋਜ਼ 100 ਝੂਠ ਬੋਲਦੇ ਹਾਂ ਪਰ ਉਹ ਇਨਸਾਨ ਕਦੇ ਕਿਸੇ ਨੂੰ ਕੁਛ ਨਹੀਂ ਮਾੜਾ ਕਹਿੰਦੇ ਚੰਗਾ ਕੰਮ ਕਰਦਾ ਸੀਗਾ ਪਰ ਮੈਂ ਪਹਿਲਾਂ ਸੁਣਿਆ ਸੀਗਾ ਵੀ ਚੰਗੇ ਬੰਦਿਆਂ ਦੀ ਉਮਰ ਬਹੁਤ ਘੱਟ ਹੁੰਦੀ ਹੈ ਪਰ ਪਹਿਲਾਂ ਸੁਣਿਆ ਸੀ ਹੁਣ ਦੇਖ ਲਿਆ ਸੋ ਚਲੋ ਛੱਡੋ ਇਹਨਾਂ ਨੂੰ ਵਾਹਿਗੁਰੂ ਸਾਡੇ ਭਰਾ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਚਰਨਾਂ 'ਚ ਨਿਵਾਸ ਬਖਸ਼ੇ ਤੁਸੀਂ ਵੀ ਅਰਦਾਸ ਕਰਿਓ ਵੀ ਸਾਡਾ ਭਰਾ ਜਿੱਥੇ ਵੀ ਹੈਗਾ ਵੀ ਪਰਮਾਤਮਾ ਦੇ ਲੜ ਲੱਗਿਆ ਰਵੇ ਪਰਮਾਤਮਾ ਆਪਣੇ ਕੋਲ ਰੱਖੇ ਸੋ ਲਵ ਯੂ ਸਤਨਾਮ ਖੱਟੜਾ ਭਰਾ ਸਾਡਾ ਹਮੇਸ਼ਾ ਸਾਡੇ ਕੋਲ ਰਹੂਗਾ ਦਿਲਾਂ ਦੇ ਵਿੱਚ ਰਹੂਗਾ ਸੋ ਭਰਾ ਦਾ ਮੈਂ ਅੱਜ ਟੈਟੂ ਬਣਵਾ ਰਿਹਾ ਜੀ ਕਦੇ ਜ਼ਿੰਦਗੀ ਦੇ ਵਿੱਚ ਮੇਰੇ ਕੋਈ ਵੀ ਬੋਡੀ 'ਤੇ ਮੇਰੇ ਟੈਟੂ ਨਹੀਂ ਹੈਗਾ ਅਤੇ ਮੈਂ ਤਾਂ ਸਤਨਾਮ ਬਾਈ ਮਨਜੀਤ ਟੈਟੂ ਦਿੱਲੀ ਤੋਂ ਨੇ ਵੀਰ ਆਪਣੇ ਬਹੁਤ ਨਾਈਸ ਪਰਸਨ ਨੇ ਅਤੇ ਮੈਂ ਤਾਂ ਸਤਨਾਮ ਆਏ ਸੀਗੇ ਬਾਈ ਕਾਹਦਾ ਆਪਾਂ ਟੈਟੂ ਬਣਾਇਆ ਸੀਗਾ ਸਤਨਾਮ ਦੇ ਜਿਹੜੀ ਤੁਸੀਂ ਮੇਰੇ ਤੇ ਬਣਾਉਣੀ ਹੈ ਮੇਰੇ ਤੇ ਬਣਾ ਕੇ ਬੰਦ ਕਰ ਦੇਣੀ ਕਿਸੇ ਤੇ ਨਹੀਂ ਬਣਾਉਣੀ ਭਾਜੀ ਕਹਿੰਦਾ ਚਲੋ ਮੈਂ ਕੋਸ਼ਿਸ਼ ਕਰਦਾ ਸੋ
ਮੈਨੂੰ ਅੱਜ ਟੈਟੂ ਸਤਨਾਮ ਦਾ ਟੈਟੂ ਬਣਾ ਰਿਹਾ ਜੀ ਮੈਂ। ਸੋ ਜਿੰਨਾ ਟਾਈਮ ਰਹੂੰਗਾ ਤੇ ਮੇਰਾ ਭਰਾ ਮੇਰੇ ਨਾਲ ਰਹੂਗਾ ਹਨਾ। ਤੇ ਲੋਕਾਂ ਦੀ ਸੋਚ ਹੁੰਦੀ ਆ ਵੀ 2 ਮਹੀਨੇ ਬਾਅਦ, 3 ਮਹੀਨੇ, 6 ਮਹੀਨੇ ਬਾਅਦ ਬੰਦੇ ਨੂੰ ਬੰਦਾ ਭੁੱਲ ਜਾਂਦਾ ਜਾਂ ਇੱਦਾਂ ਉੱਦਾਂ। ਮੈਂ ਹਮੇਸ਼ਾ ਮੇਰੇ ਨਾਲ ਰਹੂਗਾ, ਮੈਂ ਯਾਦ ਰੱਖੂੰਗਾ ਵੀ ਮੇਰਾ ਭਰਾ ਮੇਰੇ ਨਾਲ ਆ। ਤੇ ਲਵ ਯੂ, ਤੁਸੀਂ ਬਹੁਤ ਸਾਰਾ ਪਿਆਰ ਕਰਦੇ ਹੋ ਸਤਨਾਮ ਨੂੰ, ਇੰਨੀਆਂ ਸਾਰੀਆਂ ਪੋਸਟ, ਇੰਨੀਆਂ ਸਾਰੀਆਂ ਦੁਆਵਾਂ, ਤੇ ਜਿਹੜੇ ਭੋਗ ਤੇ ਪਹੁੰਚੇ ਉਹਨਾਂ ਦਾ ਬਹੁਤ ਧੰਨਵਾਦ। ਤੇ ਮੈਂ ਕੁਛ ਆਪਣੀ ਇੰਡਸਟਰੀ ਵਾਸਤੇ ਕੁਛ ਕਹਿਣਾ ਨਹੀਂ ਚਾਹੁੰਦਾ ਹੈਗਾ ਮਿਊਜ਼ਿਕ ਲੈਣ ਵਾਸਤੇ, ਵੀ ਮੈਂ ਪਹਿਲਾਂ ਕਹਿੰਦਾ ਸੀਗਾ ਵੀ ਇਹ ਇੱਕ ਪਰਿਵਾਰ ਆ, ਬਟ ਉਹ ਪਰਿਵਾਰ ਨਹੀਂ ਹੈਗਾ। ਮਿਊਜ਼ਿਕ ਲੈਨ ਇੱਕ ਪਰਿਵਾਰ ਨਹੀਂ ਹੈਗੀ, ਠੀਕ ਆ ਨਾ। ਉਹ ਬੰਦਾ ਬੋਡੀ ਬਿਲਡਰ ਸੀਗਾ, ਮਿਊਜ਼ਿਕ ਲੈਨ ਨਾਲ ਰਿਲੇਟਡ ਸੀਗਾ, ਸਾਰੇ ਚੀਜ਼ਾਂ ਨਾਲ ਰਿਲੇਟਡ ਸੀਗਾ। ਸ਼ਰਮ ਆਉਣੀ ਚਾਹੀਦੀ ਹੈ ਯਾਰ, ਤੁਸੀਂ ਜਦੋਂ ਕਿਸੇ ਦੇ ਦੁੱਖ ਦੇ ਵਿੱਚ ਨਹੀਂ ਜਾ ਕੇ ਖੜ ਸਕਦੇ, ਸੁੱਖ ਦੇ ਵਿੱਚ ਵੀ ਜਾਇਆ ਨਾ ਕਰੋ, ਤੁਹਾਨੂੰ ਕੋਈ ਹੱਕ ਨਹੀਂ ਹੈਗਾ, ਠੀਕ ਹੈ ਜੀ। ਇਹ ਮੈਂ ਤਾਂ ਇੱਕ ਬੋਲਣਾ ਚਾਹੁੰਦਾ ਵੀ ਹਾਂ ਅਤੇ ਨਹੀਂ ਵੀ ਚਾਹੁੰਦਾ ਵੀ ਅਸੀਂ ਕੀ ਲੈਣਾ ਮਾੜਾ ਬੋਲ ਕੇ, ਵੀ ਸ਼ਰਮ ਕਰੋ ਯਾਰ। ਤੁਹਾਨੂੰ ਜੇ ਸੁੱਖ ਦੇ ਵਿੱਚ ਨਹੀਂ ਤਾਂ ਦੁੱਖ ਦੇ ਵਿੱਚ ਤਾਂ ਖੜ ਜਾ ਕਰੋ ਕਿਸੇ ਦੇ ਪਰਿਵਾਰ ਨਾਲ, ਉਹੀ ਨਚਾਰਦੇ ਨਚਾਰੇ ਹੋ ਸਾਰੇ, ਠੀਕ ਹੈ ਜੀ। ਚਲੋ ਮੈਂ ਉਹ ਚੀਜ਼ ਦੇ ਵਿੱਚ ਨਹੀਂ, ਆਹ ਦੇਖੋ ਮੇਰੇ ਭਰਾ ਦਾ ਟੈਟੂ ਬਣਾ ਰਹੇ ਹਾਂ ਜੀ ਅੱਜ ਅਸੀਂ। ਸੋ ਮੈਂ ਥੋੜ੍ਹਾ ਕੈਮਰਾ ਸਾਫ ਕਰਦਾ, ਉੱਪਰੇ ਅਤੇ ਨੀਚੇ ਹੋ ਗਿਆ ਅਤੇ ਇੱਧਰ ਚੱਲ ਰਿਹਾ, ਅਤੇ ਤੁਹਾਨੂੰ ਪੂਰਾ ਟੈਟੂ ਦਿਖਾਵਾਂਗੇ। ਅਤੇ ਮਨਜੀਤ ਭਾਅ ਜੀ ਕੁਛ ਕਹਿਣਾ ਚਾਹੁੰਦੇ? ਮਜ਼ਾ ਆ ਰਿਹਾ ਟੈਟੂ ਕਰਕੇ, ਅਤੇ ਸਤਨਾਮ ਬਾਈ ਦੀ ਯਾਦ ਆ ਰਹੀ ਹੈ। ਹਾਂ, ਸਤਨਾਮ ਭਾਅ ਜੀ ਆਏ ਸੀ ਮੇਰੇ ਕੋਲ ਟੈਟੂ ਕਰਾ ਕੇ ਗਏ, ਅਤੇ ਨੇਚਰ ਬੜਾ ਵਧੀਆ ਲੱਗਿਆ ਉਹਨਾਂ ਦਾ। ਤੁਹਾਨੂੰ ਆਪਣੀ ਸਾਰੀ ਲਾਈਫ ਦੱਸ ਜੋੜਗੇ ਮੈਨੂੰ ਲੱਗਦਾ, ਟੈਟੂ ਕਰਦੇ ਕਰਦੇ ਚੰਗੀ ਗੱਲਾਂ ਹੋਈਆਂ ਉਹਨਾਂ ਨਾਲ। ਆ ਜਾਓ, ਅਗਰ ਟੈਟੂ ਦਿਖਾ ਦਈਏ ਇਹਨਾਂ ਨੂੰ ਬਣਦਾ। ਹਾਂਜੀ, ਮੇਰੀ ਜ਼ਿੰਦਗੀ ਦਾ ਪਹਿਲਾ ਟੈਟੂ ਇਹ, ਅਤੇ ਦਰਦ ਵੀ ਹੁੰਦਾ ਅਤੇ ਸਵਾਦ ਵੀ ਆ ਰਿਹਾ। ਸੋ ਚਲੋ ਤੁਹਾਨੂੰ ਮੈਂ ਫੋਟੋ ਦਿਖਾ ਰਹਾ, ਇਹ ਫੋਟੋ ਹੈ ਸਤਨਾਮ ਦੀ, ਹੈ ਨਾ। ਸਾਰੇ ਖੁਸ਼ ਰਹੋ, ਦੁਆਵਾਂ ਕਰੋ ਆਪਦੇ ਯਾਰਾਂ ਦੋਸਤਾਂ ਦੀ, ਰਿਸਪੈਕਟ ਕਰੋ ਮਾਂ ਪਿਓ ਦੀ, ਭੈਣ ਭਰਾਵਾਂ ਦੀ। ਯਾਰ ਵਾਰ ਵਾਰ ਨਹੀਂ ਲੱਭਦੇ ਸੱਚੇ ਯਾਰ, ਜਦੋਂ ਖੋਂਦੇ ਆ ਨਾ ਉਦੋਂ ਪਤਾ ਲੱਗਦਾ ਵੀ ਹਾਂ ਸਾਡਾ ਯਾਰ ਉਹ ਸੀਗਾ। ਮੈਨੂੰ ਪਤਾ ਜਿਉਂਦੇ ਜੀ ਨਹੀਂ ਸਾਨੂੰ ਪਤਾ ਲੱਗਿਆ ਸਾਡੇ ਲਗੇ ਹੀਰਾ ਸੀਗਾ, ਜਾਣ ਤੋਂ ਬਾਅਦ ਪਤਾ ਲੱਗਿਆ ਸੀ ਹੀਰਾ ਕਮਾ ਲਿਆ। ਚਲੋ ਹੁਣ ਤਾਂ ਅਸੀਂ ਅਫਸੋਸ ਹੀ ਕਰ ਸਕਦੇ ਹਾਂ। ਲਵ ਯੂ ਖੱਟੜਾ ਸਾਹਿਬ, ਪਰਮਾਤਮਾ ਕਰੇ ਸਾਡੇ ਸਾਡੇ ਜੀ ਆਮਦ ਦੁਬਾਰਾ ਵੀ ਤੁਸੀਂ ਮੇਰਾ ਦੋਸਤ ਦੀ ਜਗ੍ਹਾ ਭਰਾ ਬਣ ਕੇ ਆਵੇ, ਹੈ ਨਾ, ਮੇਰਾ ਪੁੱਤ ਬਣ ਕੇ ਆਵੇ, ਭਰਾ ਬਣ ਕੇ ਆਵੇ, ਜਿਵੇਂ ਮਰਜ਼ੀ ਤੂੰ ਮੈਨੂੰ ਟਿੱਕਰ, ਮੈਂ ਤੈਨੂੰ ਪਹਿਚਾਣ ਲਾ ਬਸ ਬਾਬਾ ਕਿਰਪਾ ਕਰੇ। ਸੋ ਲਵ ਯੂ, ਧਿਆਨ ਰੱਖਿਓ ਸਾਰੇ ਜਾਣੇ, ਥੈਂਕ ਯੂ।